ਦੇਖੋ, ਇਹ ਹਰ ਹੀ ਗੱਲ ਕਰੂਗਾ ਜਿਹੜਾ ਇਸ ਦੇਸ਼ ਦਾ, ਜਿਹੜਾ ਵੀ ਬੰਦਾ ਕਾਨੂੰਨ ਮੰਨਦਾ ਹੈ, ਜਿਹੜਾ ਵੀ ਇਸ ਦੇਸ਼ ਦਾ ਸੰਵਿਧਾਨ ਮੰਨਦਾ, ਉਹ ਜਿਹੜੀ ਅਮਿਤ ਸ਼ਾਹ ਜੀ ਨੇ ਗੱਲ ਕਹੀ ਆ, ਉਹ ਹਰੇਕ ਬੰਦਾ ਇਹੀ ਕਹੂਗਾ। ਉਹਨਾਂ ਨੇ ਕੋਈ ਵੱਖਰੀ ਗੱਲ ਨਹੀਂ ਕਹੀ, ਉਹਨਾਂ ਨੇ ਕੋਈ ਨਵੀਂ ਗੱਲ ਨਹੀਂ ਕਹੀ। ਉਹਨਾਂ ਨੇ ਤਾਂ ਇਹੀ ਕਿਹਾ ਵੀ ਕੋਈ ਵੀ ਬੰਦਾ ਜਿਹਨੇ ਕਿਸੇ ਨੇ ਕਤਲ ਕੀਤਾ, ਜੇ ਕਿਸੇ ਨੇ ਰੇਪ ਕੀਤਾ, ਉਹਨੂੰ ਸਜ਼ਾ ਹੋ ਗਈ। ਜੇ ਉਹ ਆਪਣੀ ਸਜ਼ਾ ਤੋਂ ਮਰਸੀ ਮੰਗਣਾ ਚਾਹੁੰਦਾ, ਆਪਣੀ ਮਾਫ਼ੀ ਮੰਗਣੀ ਚਾਹੁੰਦਾ, ਜਾਂ ਆਪਣੇ ਨੂੰ ਸੁਧਾਰ ਕਰਨਾ ਚਾਹੁੰਦਾ, ਉਹ ਇਹ ਤਾਂ ਮੰਨੂਗਾ ਨਾ। ਜੇਲ੍ਹ ਨੂੰ ਕੀ ਕਹਿੰਦੇ ਆ, ਸੁਧਾਰ ਕਰ। ਜੇ ਹੁਣ ਇਹ ਬੰਦਾ, ਉਹਨਾਂ ਨੇ ਇੱਕ ਗੱਲ ਕਹੀ ਆ ਵੀ ਜੇ ਇਹ ਆਪ ਜਾਂ ਇਹਦਾ ਲੋਇਰ ਜਾਂ ਇਹਦਾ ਪਰਿਵਾਰ ਕੋਈ ਬੰਦਾ ਵੀ ਇਹ ਕਹਿ ਦੇ ਭਾਈ ਅਸੀਂ ਇਸ ਕਾਨੂੰਨ ਨੂੰ ਮੰਨਦੇ ਹਾਂ, ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦੇ ਹਾਂ, ਤਾਂ ਉਹਦੀ ਗੱਲ ਮੰਨੀ ਜਾ ਸਕਦੀ ਆ, ਸੋਚੀ ਜਾ ਸਕਦੀ ਆ। ਇਹੋ ਜਿਹੀ ਕਿਹੜੀ ਗੱਲ ਆ ਜਿਹੜੀ ਨਹੀਂ? ਜੇ ਬੰਦਾ ਕੋਈ ਕਵੇ ਮੈਂ ਇਸ ਦੇ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ, ਮੈਂ ਇਸ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦਾ, ਹੈਂਜੀ, ਤਾਂ ਫਿਰ ਉਹਦੇ ਲਈ ਇਸ ਦੇਸ਼ 'ਚ ਜਗ੍ਹਾ ਕਿਵੇਂ ਹੋ ਸਕਦੀ ਹੈ? ਉਹਦੀ ਜਗ੍ਹਾ ਤਾਂ ਫਿਰ ਜਿੱਥੇ ਉਹ ਹੈਗਾ 8x8 ਦੇ ਕਮਰੇ 'ਚ, ਉੱਥੇ ਹੀ ਉਹਦੀ ਜਗ੍ਹਾ ਹੈ। ਅਤੇ ਸੁਣ ਲਓ ਦੂਜੀ ਗੱਲ, ਅਕਾਲੀ ਦਲ ਵਾਲੇ ਇਹ ਕਹਿੰਦੇ ਆ ਵੀ ਉਹਦਾ ਆਚਰਣ ਬੜਾ ਚੰਗਾ, ਆਚਰਣ ਚੰਗਾ। ਜਿਹੜਾ ਸਭ ਤੋਂ ਵੱਡੀ ਬ੍ਰੇਕ, ਜੇਲ੍ਹ ਬ੍ਰੇਕ ਹੋਈ ਬੜੈਲ 'ਚੋਂ, ਜਿਹੜੀ ਹਾਈ ਸਿਕਿਉਰਿਟੀ ਜੇਲ੍ਹ ਆ, ਉਹਦੇ 100 ਫੁੱਟ ਦੀ ਤਾਂ ਮੀਟਰ ਦੀ ਉਹ ਟਨਲ ਬਣਾ ਕੇ ਭੱਜ ਗਏ, ਅਤੇ ਆਚਰਣ ਆਪਾਂ ਚੰਗਾ ਕਹਿਵਾਂਗੇ ਉਹਨਾਂ ਦਾ? ਮੇਰੀ ਲੜਾਈ ਕੀ ਆ? ਮੇਰੀ ਲੜਾਈ ਸਿਰਫ ਇੰਨੀ ਆ ਵੀ ਉਹ ਆ ਕੇ ਬਾਹਰ ਲੋਕਾਂ ਨੂੰ ਫਿਰ ਖੂਨ ਖਰਾਬਾ ਨਾ ਕਰਨ, ਲੋਕਾਂ ਨੂੰ ਮਾਰਨ ਨਾ, ਜਿਹੜਾ ਅਸੀਂ ਤਾਂ ਗਵਾਉਣਾ ਸੀ ਗਵਾ ਲਿਆ, ਅਤੇ ਜਿਹੜੇ ਨਾਲ 16 ਬੰਦੇ ਆ, ਉਹਨਾਂ ਦੇ ਪਰਿਵਾਰ ਨਹੀਂ ਸੀ, ਉਹਨਾਂ ਦੇ ਬੱਚੇ ਨਹੀਂ ਸੀ, ਉਹਨਾਂ ਦੀਆਂ ਘਰਵਾਲੀਆਂ ਨਹੀਂ ਸੀ, ਉਹਨਾਂ ਦੀਆਂ ਮਾਵਾਂ ਨਹੀਂ ਸੀ, ਉਹਨਾਂ ਨੇ ਕਿਵੇਂ ਇਹ 28 ਸਾਲ, ਇਹ ਰਾਜੋਆਣੇ ਦੇ 28 ਸਾਲ ਇਹਨਾਂ ਨੂੰ ਯਾਦ ਨੇ, ਬੀਬੀ ਹਰਸਿਮਰਤ ਕੌਰ ਨੂੰ ਉਹਨਾਂ ਬੱਚਿਆਂ ਦੇ 28 ਸਾਲ ਯਾਦ ਨੇ ਜਿਨ੍ਹਾਂ ਨੇ ਆਪਣੇ ਪਿਓ ਖੋਏ, ਉਹ ਵੀ ਤਾਂ ਕਿਸੇ ਦੇ ਪੁੱਤ ਸੀ, ਉਹਨਾਂ ਦੀ ਕੋਈ ਗੱਲ ਕਰਦਾ ਨਹੀਂ। ਮੈਨੂੰ ਯਾਦ ਆ ਜਿਹੜਾ ਪੇਂਟਰ ਜਿਹਨੇ ਗੱਡੀ ਪੇਂਟ ਕੀਤੀ ਸੀ, ਉਹਦਾ ਨਾਂ ਵੀ ਬਿੱਟੂ ਆ, ਉਹ ਪੇਂਟਰ ਨੇ ਜਦੋਂ ਇਹ ਗਵਾਹੀ ਦਿੱਤੀ ਵੀ ਆਹ ਬੰਦੇ ਆਹ ਗੱਡੀ ਮੇਰੇ ਤੋਂ ਪੇਂਟ ਕਰਵਾਉਣ ਆਏ ਸੀ, ਉਦੋਂ ਬਾਅਦ ਉਹਨੂੰ ਪੁੱਛ ਲਓ ਕੀ ਹਾਲ ਹੋਇਆ ਉਹਦਾ। ਰੋਜ਼ ਉਹਨੂੰ ਮਾਰਨ ਨੂੰ ਧਮਕੀਆਂ ਦਿੰਦੇ ਸੀ, ਕੋਈ NSG ਵਾਲਾ ਵਿਚਾਰਾ ਰਾਜਸਥਾਨ ਦਾ ਡਿਊਟੀ ਕਰ ਰਿਹਾ ਸੀ, ਕੋਈ CRP ਵਾਲਾ ਕੋਈ ਬਿਹਾਰ ਦਾ ਡਿਊਟੀ ਕਰ ਰਿਹਾ ਸੀ, ਉਹਨਾਂ ਦੇ ਬੱਚੇ ਨਹੀਂ ਗਏ, ਉਹ ਤਾਂ ਕੱਚੇ ਘਰਾਂ 'ਚ ਵਿਚਾਰੇ ਰਹਿੰਦੇ ਸੀ ਜਿਹੜੇ ਅੱਜ ਤੱਕ ਉਹਨਾਂ ਦੇ ਉਵੇਂ ਦੇ ਉਵੇਂ ਘਰ ਪਏ ਆ। ਤੁਹਾਨੂੰ ਕੀ ਲੱਗਦਾ ਹੈ ਕਿ ਫਿਰ ਸਿਆਸਤ ਹੋ ਰਹੀ, ਕਿਉਂਕਿ ਅਸੀਂ ਗੱਲ ਕੀਤੀ ਰਾਜਵਾਲੇ ਪੈ ਕਹਿੰਦੀ ਹੈ ਕਿ ਭਾਈ ਮੈਨੂੰ ਕਮੇਟੀ ਬਣਾਈ ਆ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ, ਅਸੀਂ ਉਹਦੇ ਥਰੂ ਜਾਵਾਂਗੇ, ਅਸੀਂ ਅਪੀਲ ਕਰ ਰਹੇ ਹਾਂ ਮੋਦੀ ਸਾਹਿਬ ਨੇ ਗੱਲ, ਆਪਾਂ ਉਹਨਾਂ ਨੂੰ ਥੋੜ੍ਹੀ ਰੋਕ ਸਕਦੇ ਹਾਂ, ਉਹ ਜੋ ਮਰਜ਼ੀ ਕਰਨ, ਰਾਜੋਆਣ ਦੀ ਭੈਣ ਕਰਨ, ਰਾਜੋਆਣੇ ਦਾ ਪਰਿਵਾਰ ਕਰੇ, ਵਕੀਲ ਕਰਨ, ਜੀ ਸਦਕੇ ਕਰਨ, ਪਰ ਉਹਨਾਂ ਨੂੰ ਗੱਲ ਲਾਅ ਦੇ ਮੁਤਾਬਕ ਹੀ ਕਰਨੀ ਪਊ ਨਾ ਜੀ। ਉਰੇ ਕਾਨੂੰਨ ਕੋਈ ਜੰਗਲ ਤਾਂ ਹੈ ਨਹੀਂ, ਬਨਾਨਾ ਰਿਪਬਲਿਕ ਤਾਂ ਹੈ ਨਹੀਂ ਉਰੇ। ਇਸ ਕਰਕੇ ਮੈਂ ਤਾਂ ਇਹ ਗੱਲ ਕਹਿਣ ਲੱਗਿਆ ਸਾਫ, ਆਉਣ ਵਾਲੇ ਦਿਨਾਂ 'ਚ ਵੀ ਮੈਂ ਅੱਜ ਹੀ ਹੁਣ ਗੱਲ ਕਰ ਰਿਹਾ ਸੀ, ਜੇ ਫੈਸਲਾ ਕਰਨਾ ਤਾਂ ਤੁਸੀਂ, ਮੈਂ ਕੋਈ ਇਹ ਹੰਕਾਰ ਨਾਲ ਗੱਲ ਨਹੀਂ ਕਰਦਾ, ਪਰ ਮੈਨੂੰ ਆਪਣੇ ਪੰਜਾਬੀਆਂ ਅਤੇ ਆਪਣੇ ਦੇਸ਼ 'ਤੇ ਭਰੋਸਾ ਹੈ। ਰਾਜੋਆਣਾ ਆਪ ਇਲੈਕਸ਼ਨ ਲੜ ਲਵੇ, ਅਕਾਲੀ ਦਲ ਦੇ ਉਹਨੂੰ ਕੈਂਡੀਡੇਟ ਬਣਾ ਦੇ ਲੁਧਿਆਣੇ ਤੋਂ, ਅਤੇ ਇਸ ਮੁੱਦੇ 'ਤੇ ਇਲੈਕਸ਼ਨ ਕਿਉਂ ਨਾ ਹੋਵੇ। ਮੈਂ ਇਸ ਵਾਰ ਕਲੀਅਰ ਮੈਂ ਇਹ ਗੱਲ ਕਰੂੰਗਾ ਲੋਕਾਂ ਕੋਲ ਵੀ ਤੁਸੀਂ ਜੇ ਮੈਨੂੰ ਵੋਟ ਦੇਣੀ ਆ ਤਾਂ ਵੋਟ ਪਾਇਓ, ਜੇ ਤੁਹਾਨੂੰ ਲੱਗਦਾ ਵੀ ਮੈਂ ਦੇਸ਼ ਨੂੰ, ਸੰਵਿਧਾਨ ਨੂੰ, ਪੰਜਾਬ ਦੇ ਹਿੱਤ 'ਚ ਹਾਂ। ਜੇ ਤੁਹਾਨੂੰ ਲੱਗਦਾ ਵੀ ਰਾਜੋਆਣਾ ਅਤੇ ਅੱਤਵਾਦੀ ਦੇਸ਼ ਦੇ ਹਿੱਤ 'ਚ ਨੇ, ਲੋਕ ਉਹਨਾਂ ਨੂੰ ਵੋਟ ਪਾ ਦੇਣ। ਇਸ ਵਾਰ ਮੈਂ ਕਲੀਅਰ ਮੈਂਡੇਟ ਆ ਜਿਹੜਾ ਆਪਣੇ ਲਈ, ਜਦੋਂ ਜੇ ਮੈਨੂੰ ਟਿਕਟ ਮਿਲੇਗੀ, ਮੈਂ ਕਲੀਅਰ ਲੋਕਾਂ ਨੂੰ ਵੋਟ ਕਹੂੰਗਾ ਵੀ ਜੇ ਤੁਸੀਂ ਮੇਰੀ ਆ ਰਹੇ ਆ, ਜੇ ਤੁਹਾਨੂੰ ਆ ਰਹੇ ਪਸੰਦ ਆ ਤਾਂ ਇਹਨੂੰ ਵੋਟ ਪਾਓ, ਜੇ ਤੁਹਾਨੂੰ ਇਹ ਜਿਹੜੇ ਹੁਕਮ ਕਰ ਰਹੇ SGPC ਦੇ ਪ੍ਰਧਾਨ ਜਾਂ ਅਕਾਲੀ ਦਲ, ਜੇ ਤੁਹਾਨੂੰ ਲੱਗਦਾ ਵੀ ਮੈਂ ਗਲਤ ਹਾਂ ਤਾਂ ਤੁਸੀਂ ਮੇਰੇ ਉਲਟ ਵੋਟ ਪਾ ਦਿਓ। ਇੱਦੋਂ ਵੱਡੀ ਤਾਂ ਕੋਈ ਗੱਲ ਨਹੀਂ ਮੈਂ ਕਰ ਸਕਦਾ, ਮੈਂ ਤਾਂ ਸਿੱਧਾ
ਇਸ ਗੱਲ 'ਤੇ ਆ ਕੇ ਇਸ ਵਾਰ ਆਪਣੇ ਲੁਧਿਆਣੇ ਦੇ ਲੋਕਾਂ ਤੋਂ ਵੋਟ ਮੰਗੂੰਗਾ ਵੀ ਭਾਈ ਜੇ ਤਾਂ ਕਾਨੂੰਨ 'ਚ ਵਿਸ਼ਵਾਸ ਆ ਤੁਹਾਨੂੰ, ਜੇ ਤੁਸੀਂ ਮੰਨਦੇ ਹੋ ਕਾਨੂੰਨ ਉਰੇ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਅਤੇ ਮੈਨੂੰ ਪਾਇਓ, ਜੇ ਤੁਸੀਂ ਚਾਹੁੰਦੇ ਹੋ ਉਰੇ ਖਾਲਿਸਤਾਨ ਬਣਨਾ ਚਾਹੀਦਾ, ਅੱਤਵਾਦ ਆਉਣਾ ਚਾਹੀਦਾ, ਤਾਂ ਫਿਰ ਤੁਸੀਂ ਜਿਹੜਾ ਵੀ ਇਹਨਾਂ ਦਾ ਕੈਂਡੀਡੇਟ ਹੋਊਗਾ ਉਹਨੂੰ ਵੋਟ ਪਾ ਦਿਓ। ਇਦੋਂ ਵੱਡੀ ਗੱਲ ਮੈਂ ਹੋਰ ਕੀ ਕਹਿ ਦੇਵਾਂ, ਸੁਖਬੀਰ ਸਿੰਘ ਬਾਦਲ ਨੇ ਮਾਫ਼ੀ ਮੰਗੀ ਹੈ ਕਿ ਸਾਡੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ, ਅਸੀਂ ਉਹਦੀ ਮਾਫ਼ੀ ਮੰਗਦੇ ਹਾਂ, ਕੀ ਲੱਗਦਾ ਇਸ 'ਤੇ? ਮੈਨੂੰ ਨਹੀਂ ਜੀ ਪਤਾ ਸੁਖਬੀਰ ਸਿੰਘ ਬਾਦਲ ਹੋਣਾ ਦਾ ਕੀ ਆ ਕੀ ਨਹੀਂ ਆ, ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹਨਾਂ ਦੇ ਰਾਜ 'ਚ ਹੋਈ ਅਤੇ ਦੋ ਸਿੱਖ ਜਿਹੜੇ ਗੁਟਕਾ ਸਾਹਿਬ ਲੈ ਕੇ ਪਾਠ ਕਰ ਰਹੇ ਸੀ ਵੀ ਗੁਰੂ ਦੀ ਬੇਅਦਬੀ ਹੋਈ ਆ, ਉਹ ਤਾਂ ਬਾਬਾ ਜਿਹੜਾ ਰੇਪ ਦੇ ਕੇਸਾਂ 'ਚ ਉਹਨੂੰ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਮਾਫ਼ ਕੀਤਾ ਹੈ। ਉਹ ਮਾਫ਼ੀ ਆ ਜਿਹੜੀ ਉਹ ਮੰਗੇ ਨਾ ਮੰਗੇ ਉਹ ਲੋਕਾਂ ਨੇ ਦੇਖਣਾ ਹੈ, ਆਪਾਂ ਕੀ ਕਹਿ ਸਕਦੇ ਹਾਂ, ਲੋਕ ਫੈਸਲਾ ਕਰਨਗੇ ਵੀ ਉਹਨਾਂ ਨੇ ਕੀ ਕੁਛ ਕੀਤਾ, ਚਿੱਟਾ ਉਹਨਾਂ ਨੇ ਲਾਤਾ ਲੋਕਾਂ ਨੂੰ, ਗੁਰੂ ਦੀ ਬੇਅਦਬੀ ਉਹਨਾਂ ਨੇ ਕਰਤੀ, ਸਰਕਾਰ ਦੇ ਘੋੜੇ ਗਧੇ ਖੱਚਰ ਉਹ ਚੋਰੀ ਕਰਕੇ ਲੈ ਗਏ, ਕੋਈ ਉਹਨਾਂ ਦਾ ਕੋਈ ਹੈ ਕੋਈ ਦੀਨ ਮਜ਼ਹਬ ਦੱਸੋ। ਦੇਖੋ ਜੀ ਆਪਾਂ ਤਾਂ ਇੱਕ ਪੰਜਾਬੀ ਹਾਂ, ਪੰਜਾਬ ਦੇ ਕੋਲ ਹੈਗਾ ਏ ਅਤੇ ਪੰਜਾਬ ਕੋਲ ਹੀ ਰਹਿਣਾ, ਬਿਆਨ ਦੇ ਹਾਂ ਅਤੇ ਕੁਛ ਨਹੀਂ ਕਿਸੇ ਦੇ ਹੋਣਾ, ਇਸ ਕਰਕੇ ਇਹ ਪੋਲੀਟਿਕਸ ਆ ਜਿਹੜੀ ਉਹ ਬਿਲਕੁਲ ਮੈਂ ਸਮਝਦਾ ਉਹ ਫਾਇਦੇ ਦੀ ਨਹੀਂ ਗੀ, ਨਾ ਕੁਛ ਹੋ ਸਕਦਾ ਇਹਦੇ ਵਿੱਚ, ਨਾ ਕੋਈ ਬਦਲਾਅ ਆਉਣਾ ਹੈ, ਇਹ ਐਂ ਰਹਿਣਾ ਹੈ ਅਤੇ ਇਸ ਕਰਕੇ ਇਹ 'ਚ ਬਾਹਲਾ ਕਿਸੇ ਨੂੰ ਵੀ ਬੋਝ ਲੈਣ ਦੀ ਲੋੜ ਨਹੀਂ ਗੀ, ਇਹ ਚੇਂਜ ਨਹੀਂ ਹੋ ਸਕਦਾ। ਜੀ ਅਕਾਲੀ ਬੀਜੇਪੀ ਗਠਜੋੜ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ, ਇੱਕ ਵਾਰ ਢੀਂਡਸਾ ਦੀ ਵਾਪਸੀ ਦੀ ਗੱਲ ਕੀਤੀ ਜਾ ਰਹੀ ਹੈ, ਤੁਹਾਨੂੰ ਲੱਗਦਾ ਕਿੰਨਾ ਫਰਕ ਪਏਗਾ ਇਹਨਾਂ ਦਾ? ਕਿਹਨਾਂ ਦਾ? ਅਕਾਲੀ ਢੀਂਡਸੇ ਵਾਪਸੀ ਕਹਿੰਦੇ ਅਕਾਲੀ ਬੀਜੇਪੀ ਫਿਰ 0+0 ਕਿੰਨਾ ਹੁੰਦਾ, ਇਕੁਅਲ ਟੂ 0 ਹੁੰਦਾ ਨਾ, ਅਤੇ ਫਿਰ 0 ਹੀ ਹੋਊਗਾ। ਸਰ ਪੰਜਾਬ 'ਚ ਪਿਛਲੇ ਦਿਨਾਂ ਤੋਂ ਕਾਫੀ ਐਨਕਾਊਂਟਰਸ ਹੋ ਰਹੇ ਨੇ ਗੈਂਗਸਟਰਾਂ ਦੇ, ਕਿਸ ਤਰ੍ਹਾਂ ਦੇਖ ਰਹੇ ਹੋ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ? ਉਹੀ ਤੱਕ ਜਦੋਂ ਰੋਜ਼ ਕਿਤੇ ਗੈਂਗਸਟਰ ਲੁੱਟਦੇ ਆ, ਛੋਟੇ ਤੋਂ ਛੋਟੇ ਸ਼ਹਿਰ ਦੇ ਵਿੱਚ ਉਹ ਫਰੌਤੀਆਂ ਮੰਗਦੇ ਆ, ਅਤੇ ਪੁਲਿਸ ਕੋਲ ਕੀ ਰਾਹ ਬਚਦਾ ਹੈ ਦੱਸੋ? ਜੇ ਰੋਜ਼ ਆ ਲੁਧਿਆਣੇ 'ਚ ਹੀ ਤੁਹਾਨੂੰ ਪਤਾ ਇੱਕ ਇੰਡਸਟਰੀਸਟ ਨੂੰ ਚੱਕ ਕੇ ਜੈਨ ਸਾਹਿਬ ਨੂੰ ਕਿਵੇਂ ਘੁਮਾਉਂਦੇ ਰਹੇ ਨੇ ਉਹ, ਅਤੇ ਫਿਰ ਉਹਨਾਂ ਤੋਂ ਉਹ ਫਰੌਤੀ ਮੰਗਦੇ ਰਹੇ ਆ, ਅਤੇ ਫਿਰ ਇਹੋ ਜਿਹੇ ਬੰਦਿਆਂ ਦਾ ਇਲਾਜ ਕੀ ਆ ਜੀ? ਇਹੋ ਜਿਹੇ ਬੰਦਿਆਂ ਦਾ ਇਲਾਜ ਕੀ ਆ? ਜੇਲ੍ਹ 'ਚ ਜੇ ਬਹਿੰਦੇ ਆ ਉੱਥੇ ਬਹਿ ਕੇ ਟੈਲੀਫੋਨਾਂ 'ਤੇ ਫਰੌਤੀਆਂ ਮੰਗਦੇ ਆ, ਅਤੇ ਫਿਰ ਹੋਰ ਸਰਕਾਰ ਕਰੇ ਕੀ? ਕੋਈ ਵੀ ਸਰਕਾਰ ਹੋਵੇ, ਮੈਂ ਗੱਲ ਨਹੀਂ, ਸਰਕਾਰ ਨੇ ਲਾਅ ਐਂਡ ਆਰਡਰ ਮੇਨਟੇਨ ਕਰਨਾ ਹੈ, ਆਪਣੇ ਸ਼ਹਿਰੀਆਂ ਦੀ ਆਪਣੇ ਲੋਕਾਂ ਦੀ ਰੱਖਿਆ ਕਰਨੀ ਆ ਕਾਨੂੰਨ ਦੇ ਰਾਹੀਂ, ਅਤੇ ਜੇ ਬੰਦਾ ਕਾਨੂੰਨ ਤੋੜ ਕੇ ਕੋਈ ਵੀ ਉਹ ਸ਼ਹਿਰੀਆਂ ਨੂੰ ਖਰਾਬ ਕਰੂਗਾ ਤਾਂ ਉਹਦਾ ਇਲਾਜ ਤਾਂ ਸਰਕਾਰ ਨੂੰ ਕਰਨਾ ਪਊਗਾ ਨਾ। ਸਹਿਮਤ ਹੋ ਕੇ ਐਨਕਾਊਂਟਰ ਹੋਣੇ ਚਾਹੀਦੇ? ਮੇਰਾ ਸਹਿਮਤ ਹੋਣਾ ਨਾ ਸਹਿਮਤ ਹੋਣਾ ਕੋਈ ਉਹ ਨਹੀਂ ਰੱਖਦਾ, ਤੁਸੀਂ ਦੱਸੋ ਵੀ ਲਾਅ ਐਂਡ ਆਰਡਰ ਜਦੋਂ ਖਰਾਬ ਹੋ ਰਿਹਾ ਉਹਨੂੰ ਠੀਕ ਕਰਨ ਲਈ ਜਿਹੜੇ ਮਾੜੇ ਬੰਦੇ ਉਹਨਾਂ ਨਾਲ ਕਿਵੇਂ ਨਜਿੱਠਣਾ ਚਾਹੀਦਾ, ਇਹ ਫੈਸਲਾ ਲੋਕਾਂ 'ਤੇ ਛੱਡ ਦਿਓ ਜਾਂ ਤੁਸੀਂ ਕਰ ਲਓ। ਇੱਕ ਕਾਂਗਰਸ ਵਿਚਾਲੇ ਕਾਫੀ ਜਿਹੜਾ ਕੰਮਾਂ ਚੱਲਦਾ, ਬਾਜਵਾਜੀ ਕਦੇ ਬੋਲਦੇ ਨੇ, ਕਦੇ ਸਿੱਧੂ ਸਾਹਿਬ ਨਾ ਹੋਣ, ਆਸ਼ੂ ਅਤੇ ਆਪਣਾ ਵੜਿੰਗ ਸਾਹਿਬ ਚੱਲਦਾ, ਪਰ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਮਜ਼ਬੂਤੀ ਦੀ ਗੱਲ ਕਰ ਰਹੀ ਹੈ? ਮੇਰੇ ਕੋਲ ਕੋਈ ਪਾਰਟੀ ਤਾਂ ਅਹੁਦਾ ਨਹੀਂ ਗਾ ਵੀ ਮੈਂ ਪਾਰਟੀ ਦੇ ਉੱਤੇ ਕੋਈ ਗੱਲ ਕਰ ਸਕਾਂ, ਮੈਂ ਤਾਂ ਇੱਕ ਮੈਂਬਰ ਪਾਰਲੀਮੈਂਟ ਹਾਂ, ਮੇਰੇ ਕੋਲ ਪਾਰਟੀ ਦੀ ਕੋਈ ਤਾਕਤ ਨਹੀਂ ਗੀ ਵੀ ਮੈਂ ਕਿਸੇ ਨੂੰ ਕੁਛ ਕਹਿ ਸਕਾਂ, ਕਿਸੇ ਨੂੰ ਕੁਛ ਸਮਝਾ ਸਕਾਂ, ਉਹ ਵੱਡੇ ਲੋਕ ਨੇ, ਵੱਡੇ ਚਿਹਰੇ ਨੇ, ਉਹਨਾਂ ਨੂੰ ਹਾਈ ਕਮਾਂਡ ਦੇ ਜਿਹੜੀ ਆ ਉਹਨਾਂ ਨਾਲ ਉਹ ਗੱਲ ਕਰੇਗੀ, ਬਾਕੀ ਮੈਂ ਕੁਛ ਨਹੀਂ ਕਹਿ ਸਕਦਾ। ਇੰਡੀਆ ਅਲਾਈਅੰਸ ਦੇ ਲੋਕ ਸਭਾ ਚੋਣਾਂ ਤੁਸੀਂ ਇਲੈਕਸ਼ਨ ਲੜਨੇ, MP ਇਲੈਕਸ਼ਨ ਆ ਰਹੇ, ਇੰਡੀਆ ਇਲੈਕਸ਼ਨ ਤੁਹਾਡਾ ਕੀ ਮੰਨਣਾ ਹੈ, ਆਮ ਆਦਮੀ ਪਾਰਟੀਆਂ ਗਠਜੋੜ ਨੂੰ ਲੈ ਕੇ ਜਿਹੜੀ ਗੱਲਾਂ ਚੱਲਦੀਆਂ ਕਿਉਂ ਸਭਾ ਚੋਣਾਂ ਕੀ ਮੰਨਣਾ? ਇਹਦਾ ਫੈਸਲਾ ਵੀ ਜਿਹੜਾ ਹੈ ਉਹ ਹਾਈ ਕਮਾਂਡ ਹੀ ਕਰੇਗੀ। ਤੁਹਾਨੂੰ ਲੱਗਦਾ ਹੈ ਕਿ ਸਰ ਦੂਸਰੀ ਗੱਲ ਹੈ ਜਿਹੜਾ ਕਿ ਕੇਂਦਰ ਸਰਕਾਰ ਨੇ 2300 ਕਰੋੜ ਦੀ ਜਿਹੜੀ ਹੈ ਉਹ ਜਿਹੜੀ ਕਜਰਾ ਲਿਮਿਟ ਹੈ ਘਟਾਤੀ ਹੈ ਪੰਜਾਬ ਦੀ, ਤੁਹਾਨੂੰ ਲੱਗਦਾ ਹੈ ਕਿ ਉਹ ਕਹਿੰਦੇ ਪਾਵਰ ਕੰਮ ਘੱਟੇ ਚੱਲਦੀ ਪਈ ਹੈ? ਨਹੀਂ ਮੈਨੂੰ, ਮੈਂ ਇਸ ਬਾਰੇ ਕੋਈ ਮੈਨੂੰ ਜਾਣਕਾਰੀ ਨਹੀਂ ਗੀ, ਪਰ ਜਿਹੜਾ ਵੀ ਸਟੇਟਾਂ ਦਾ ਪੈਸਾ ਹੈ ਉਹ ਜਿਹੜਾ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਜੀ
ਇੱਕ ਸਰ ਪੰਜਾਬ ਦੇ ਜਿਹੜੇ ਐਮ ਐਲ ਏ ਹੈਗੇ ਨੇ ਉਹਨਾਂ ਦੇ ਗੱਜਣ ਮਾਜਰੇ ਉਹਦੇ ਕਾਰਵਾਈ ਕੀਤੀ ਗਈ ਸੀ, ਉਹਨੇ ਸੰਪੱਤੀ 35 ਕਰੋੜ ਦੀ ਕਰੀਬ ਜਿਹੜੀ ਆ ਉਹ ਬਰਾਮਦ ਕੀਤੀ। ਬਿਲਕੁਲ, ਉਹ ਬੜਾ ਵੱਡਾ ਉਹਨਾਂ ਦਾ ਇੰਡਸਟਰੀਅਲ ਚਿਹਰਾ ਹੈ, ਤਾਰਾ ਫੀਡਸ ਉਹਨਾਂ ਦੀ ਤੁਹਾਨੂੰ ਪਤਾ ਹੈ, ਕਿਸੇ ਵੇਲੇ ਬਹੁਤ ਵੱਡੀ ਕੰਪਨੀ ਸੀ, ਕਿਸੇ ਵੇਲੇ ਹੇਮਾ ਮਾਲਨੀ ਜੀ ਵੀ ਉਹਨਾਂ ਦੀ ਤਾਰਾ ਫੀਡ ਦੀ ਐਡ ਕਰਦੇ ਸੀਗੇ। ਅਤੇ ਕਈ ਵਾਰ ਹੋ ਜਾਂਦਾ ਹੈ, ਘਾਟਾ ਵਾਧਾ ਚੱਲਦਾ ਰਹਿੰਦਾ ਹੈ, ਕਿਸੇ ਦਾ ਬੈਂਕ ਦਾ ਪੈਸਾ ਹੈ ਉਹ ਨਹੀਂ ਮੋੜਿਆ ਗਿਆ, ਕਰਜ਼ਾ ਚੜ੍ਹ ਗਿਆ, ਹੋਰ ਹੋ ਗਿਆ, ਐਸੇ ਕੇਸ ਹੋ ਜਾਂਦੇ ਇੰਡਸਟਰੀਅਲਿਸਟਾਂ 'ਤੇ। ਉਹਦੇ ਵਿੱਚੋਂ ਹੀ ਇੱਕ ਗੱਜਣ ਮਾਰਜਾ ਸਾਹਿਬ ਐੱਮ ਐੱਲ ਏ ਜੇ ਕਿਸੇ ਪਾਰਟੀ ਦੇ ਆ, ਅਤੇ ਮੈਂ ਐਵੇਂ ਕਿਸੇ ਨੂੰ ਮਾੜਾ ਕਮਾਂ ਉਹ ਕੋਈ ਚੰਗਾ ਨਹੀਂ ਲੱਗਦਾ, ਪਰ ਉਹਨਾਂ ਨੇ ਕੋਈ ਪੈਸਾ ਲਿਆ ਸੀ, ਪੈਸਾ ਨਹੀਂ ਮੋੜਿਆ ਗਿਆ, ਉਹਦੇ ਲਈ ਉਹਨਾਂ 'ਤੇ ਈ ਡੀ ਦੀ ਜਿਹੜੀ ਆ ਉਹ ਰੇਡ ਹੋਈ ਆ। ਉਹ ਮੈਨੂੰ ਲੱਗਦਾ ਕੋਰਟ ਦੇ ਵਿੱਚ ਸਾਰੀਆਂ ਚੀਜ਼ਾਂ ਇਹ ਸੈਟਲ ਹੋ ਜਾਣਗੀਆਂ। ਸਰ ਇਸ ਵਾਰ ਕਾਫੀ ਐਮ ਪੀ ਸਸਪੈਂਡ ਕਰਦੇ ਗਏ ਲੋਕ ਸਭਾ ਰਾਜ ਸਭਾ, ਤੁਹਾਨੂੰ ਕੀ ਲੱਗਦਾ ਹੈ ਕਿ ਲੋਕਤੰਤਰ ਵਿੱਚ ਹੁਣ ਗੱਲ ਇਹ ਵੀ ਹੈ ਕਿ ਜਿਹੜੇ ਸਵਾਲ ਪੁੱਛੇ ਸੀ ਉਹ ਵੀ ਖਤਮ ਹੋ ਗਏ ਜਿਹੜੇ ਐਮ ਪੀਆਂ ਨੇ ਪੁੱਛੇ ਸੀ, ਲੋਕਤੰਤਰ ਵਿੱਚ ਕਿਹੋ ਜਿਹਾ ਸੀ? ਦੇਖੋ ਜੀ, ਇਹ ਤਾਂ ਲੋਕਾਂ ਦੇ ਹੱਥ ਆ, ਇਹ ਲੋਕਾਂ ਨੇ ਮੈਂਡੇਟ ਦਿੱਤਾ ਹੈ, ਅਤੇ ਹੁਣ 2024 'ਚ ਫਿਰ ਇਲੈਕਸ਼ਨ ਆ ਜਾਣੀ ਆ, ਅਤੇ ਲੋਕਾਂ ਦੇ ਵਿੱਚ ਆਪਣੀ ਆਪਣੀ ਪਾਰਟੀ ਗੱਲ ਲੈ ਕੇ ਜਾਏਗੀ, ਜੋ ਲੋਕ ਮੈਂਡੇਟ ਦੇਣਗੇ ਉਹ ਸਿਰ ਮੱਥੇ ਆ। ਇਸ ਕਰਕੇ ਜਿਹੜਾ ਵੀ ਮੈਂਡੇਟ ਆ ਲੋਕਾਂ ਨੇ ਦੇਣਾ, ਲੋਕਾਂ ਦੀ ਜੋ ਮਤਲਬ ਵੋਟ ਦਾ ਅਧਿਕਾਰ ਆ ਉਹਦੇ ਉੱਤੇ ਕੁਛ ਨਹੀਂ। ਸਾਨੂੰ ਓਪੋਜੀਸ਼ਨ 'ਚ ਬਿਠਾਇਆ, ਅਸੀਂ ਓਪੋਜੀਸ਼ਨ 'ਚ ਗੱਲ ਕਰੀ ਜਾ ਰਹੇ ਹਾਂ, ਉਹ ਸਰਕਾਰ 'ਚ ਨੇ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਏ, ਪਾਰਟੀਆਂ ਬਦਲਦੀਆਂ ਰਹਿੰਦੀਆਂ ਏ, ਇਸ ਕਰਕੇ ਲੋਕਤੰਤਰ ਨੇ ਤਾਂ ਉਰੇ ਹੀ ਰਹਿਣਾ ਹੈ। ਦਵਿੰਦਰ ਯਾਦਵ ਜੀ ਨੂੰ ਨਵਾਂ ਇੰਚਾਰਜ ਲਗਾਤਾ ਰੇਚੋ ਦੀ ਜਗ੍ਹਾ, ਕਿੰਨਾ ਫਰਕ ਪਏਗਾ? ਬਹੁਤ ਮੈਂ ਮੁਬਾਰਕਬਾਦ ਦਿੰਦਾ, ਉਹ ਬੜੇ ਦਿੱਲੀ ਦੇ ਸੂਝਵਾਨ ਲੀਡਰ ਨੇ, ਪਹਿਲਾਂ ਵੀ ਹਰੀਸ਼ ਚੌਧਰੀ ਜੀ ਵੀ ਬਹੁਤ ਚੰਗਾ ਕਰਕੇ ਗਏ ਨੇ। ਇਹ ਤਾਂ ਪਾਰਟੀਆਂ ਦੇ ਫੈਸਲੇ ਆ, ਸਾਰੇ ਹੀ ਲੀਡਰ ਜਿਹੜੇ ਆ ਉਹ ਕੋਸ਼ਿਸ਼ ਕਰਦੇ ਆ ਜਦੋਂ ਇੰਚਾਰਜ ਬਣਦੇ ਆ ਸਟੇਟ ਦੀ, ਮੈਂ ਆਪਣੀ ਪਾਰਟੀ ਨੂੰ ਜਿਤਾਵਾਂ। ਅਤੇ ਦਵਿੰਦਰ ਯਾਦਵ ਵੀ ਉਵੇਂ ਦਿੱਲੀ ਦੇ ਬੜੇ ਬਹੁਤ ਹੀ ਜਿਹਨੂੰ ਕਹਿ ਸਕਦੇ ਹਾਂ ਸਿਰਕੱਢ ਸਾਡੀ ਪਾਰਟੀ ਦੇ ਲੀਡਰ ਨੇ, ਕਈ ਸਟੇਟਾਂ ਉਹਨਾਂ ਕੋਲ ਰਹੀਆਂ ਪਹਿਲਾਂ, ਅਤੇ ਹੁਣ ਪੰਜਾਬ 'ਚ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ, ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਥੈਂਕ ਯੂ।